ਸਰਕਾਰ ਰਹੀਆਂ ਸੁੱਖ ਆਪਣਾ ਜਰਵਿੰਦਰ ਸਿੰਘ ਉਹਦੀ ਮੈਂ ਡੈਥ 'ਤੇ ਗਈ ਹੋਈ ਹਾਂ, ਉਹਦੀ ਡੈਥ 'ਤੇ ਰਹੀ ਹਾਂ ਮੈਂ, ਤਾਂ ਰਾਤ ਵੀ ਰਹੀ ਹਾਂ, ਦਿਨ ਵੀ ਸਾਰਾ ਕਰ ਰਹੀ ਹਾਂ, ਮਗਰੂ ਪਾਈ ਇਹ ਨਹੀਂ ਆਏ, ਪਤਾ ਨਹੀਂ ਵੀ ਕਿੰਨੇ ਆਏ ਨੇ, ਕਿੰਨੇ ਪੁਲਿਸ ਵਾਲੇ ਆਏ ਨੇ, ਕਿੰਨੇ ਨਹੀਂ ਆਏ, ਰਾਤ ਨੂੰ ਆਏ ਨੇ, ਰਾਤ ਨੂੰ ਮੱਝਾਂ ਛੱਡ ਗਏ ਨੇ ਘਰੇ, ਉਹ ਜਾਂਚ ਕਰਕੇ ਗਏ ਹੈਗੇ ਨੇ, ਹਾਂ ਉਹ ਘਰੇ ਮੱਝਾਂ ਛੱਡ ਗਏ, ਅਸੀਂ ਤਾਲੇ ਲਾ ਤੇ ਗਏ ਚਲੇ ਹਾਂ, ਉਹ ਮੱਝਾਂ ਵੀ ਛੱਡ ਗਏ ਨੇ, ਤਾਲੇ ਦੇ ਅੰਦਰੋਂ ਸਮਾਨ ਵੀ ਕੱਢ ਲਏ, ਤੋੜ ਤੇ ਕੱਢ ਲਗਾ, ਜਾਂਚ ਕੀਤੀ ਹੈਗੀ ਉਹਨਾਂ ਨੇ। ਇੱਕ ਸੁੱਖਾ ਉੱਥੇ ਕਿਉਂ ਗਿਆ ਸੀਗਾ? ਸੁੱਖਾ ਉਹਦੀ ਭੈਣ ਰਹਿੰਦੀ ਸੀ, ਅੱਛਾ ਸੁੱਖੇ ਦੀ, ਅੱਛਾ ਉਹਦੇ ਕੋਲ ਗਏ ਨੇ, ਇਹ ਉਹ ਜੋਤਾਂ ਬਾਈ ਧਰਮੂ ਵਾਲੇ ਦੇ ਵਿੱਚ ਉਹ ਰਹਿੰਦੇ ਨੇ, ਉੱਥੇ ਗਏ ਨੇ, ਭੈਣ ਕੋਲ ਜਾਂਦੇ ਨੇ, ਅੱਗੇ ਵੀ ਜਾਂਦੇ ਨੇ ਭੈਣ ਕੋਲ, ਮਿਲ ਮੁਲ ਆਉਂਦੇ ਨੇ, ਇਕੱਲੀ ਇਕੱਲੀ ਗੁੜੀਆ ਆਪਣੀ ਹੈਗੀ, ਕਰੀ ਕਾਕਾ ਨਿੱਕਾ ਜਿਹਾ ਲਿਆ ਨੇ, ਉਹ ਵੀ ਕਿਸੇ ਕੋਲ ਲਿਆ ਨੇ, ਉਹ ਕਾਕਾ ਇੰਕਾ ਤੇ ਖਿਡਾਉਂਦੇ ਨੇ, ਤੇ ਬਾਹ ਉਹ ਉਹਦੇ ਕੋਲ ਜਾਂਦੇ ਨੇ, ਵੀ ਸਾਡਾ ਜੀ ਨਹੀਂ ਲੱਗਦਾ ਇੱਥੇ। ਤੇ ਹੁਣ ਪੁਲਿਸ ਕਿੰਨੀ ਕੁ ਵਾਰੀ ਆਈ ਹੈਗੀ? ਹੁਣ ਪੁਲਿਸ ਵਾਲੇ ਸਵੇਰ ਦੀ 3 ਗੱਡੀਆਂ ਮੈਂ ਆਪਦੇ ਹੱਥ ਨੂੰ ਵੇਖੀਆਂ ਨੇ 4, ਤੇ ਉਦੋਂ ਬਾਅਦ ਮੈਂ ਉਹਨਾਂ ਨਾ ਮੈਨੂੰ ਮੱਝਾਂ ਚੋਣ ਦਿੰਦੇ ਪਏ ਸੀ, ਉਹ ਘਰ ਵਾਲੇ ਜਿਹੜੇ ਕੀ ਪੁੱਛਦੇ ਕੀ ਘਰ ਆ ਕੇ, ਉਹ ਕੁਛ ਨਹੀਂ ਪੁੱਛਦੇ, ਪਤਾ ਨਹੀਂ ਲੱਗਦਾ ਪਿਆ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ, ਫੋਟੋ ਸ਼ੱਕ ਲਗਾਏ ਜਾਂ ਕਦੇ ਕੋਈ ਲੈ ਗਏ ਕਦੇ ਕੋਈ ਲੈ ਗਏ, ਰਿਸ਼ਤੇਦਾਰ ਵੀ ਚੱਕੇ ਉਹਨਾਂ ਨੇ, ਰਿਸ਼ਤੇਦਾਰ ਵੀ ਸਾਰੇ ਚੱਕੇ ਚੱਕੇ, ਮੇਰੇ ਮੁੰਡੇ ਵੀ ਚੱਕੀ ਜਾਂਦੇ ਨੇ, ਕੀ ਕਰੀ ਮੈਂ ਤਾਂ ਮੈਂ ਉੱਥੇ ਗਈ ਹਾਂ, ਮੈਂ ਤਾਂ ਉੱਥੇ ਲੱਗੀ ਫਿਰੀ ਹਾਂ, ਮਗਰੋਂ ਮੇਰੇ ਘਰ ਵਾਲੇ ਨੂੰ ਬੜੇ ਸਵੇਰੇ ਚੁੱਕ ਲਿਆ ਨੇ, ਫੁੰਮਣ ਸਿੰਘ ਨੂੰ ਉਹਨੂੰ ਵੀ ਚੱਕ ਲਿਆ, ਜਿਹੜੇ ਮੇਰੇ ਮੁੰਡੇ ਕੌਣ ਕੌਣ ਲੈ ਕੇ ਗਏ, ਉਹਦਾ ਦਾਦੇ ਕਿਹਨੂੰ ਲੈ ਕੇ ਗਏ ਨੇ, ਮੇਰੇ ਵਾਲੇ ਮੁੰਡੇ ਘਰ ਵਾਲੇ ਨੂੰ ਲੈ ਤੇ ਗਏ ਨੇ ਦਾਦੇ ਨੂੰ, ਮੈਂ ਉਹ ਦਾਦੇ ਨੂੰ ਇਕੱਲੇ ਨੂੰ ਛੱਡ ਗਈ, ਉਹ ਸ਼ਰਾਬ ਪੀਂਦਾ ਸੀ, ਉਹ ਤਾਂ ਵੇਖਾ ਤਾਂ ਦਖਲ ਹੀ ਬੰਦਾ ਰਹਿੰਦਾ, ਠੇਟੇ ਪੀਤੀ ਰੱਖਦਾ ਹੈ। ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਰੇਡ ਕਰ ਰਹੇ ਹੈਗੇ ਸਰ, ਕੁਛ ਮਿਲਿਆ ਸਰ ਇੱਥੇ? ਨਹੀਂ ਜੀ ਨਹੀਂ, ਕੁਛ ਨਹੀਂ ਮਿਲਿਆ। ਉਹ ਬਲਾਸਟ ਸਰ ਕਿਹੜਾ ਹੋਇਆ ਜਿਹੜਾ? ਨਹੀਂ ਜੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ, ਫੋਰੈਂਸਿਕ ਟੀਮਾਂ ਲੱਗੀਆਂ ਹੋਈਆਂ, ਉਹਦੇ ਤੋਂ ਬਾਅਦ ਹੀ ਪਤਾ ਲੱਗ ਸਕਦਾ। ਠੀਕ ਹੈ ਸਰ, ਅੱਜ ਇਹ ਕਿਸ ਘਰ ਵਿੱਚ ਤੁਸੀਂ ਰੇਡ ਕੀਤੀ ਜੀ? ਇਹ ਸੁਖਪ੍ਰੀਤ ਹੈ ਜੀ, ਲੜਕੇ ਦਾ ਨਾਮ ਹੈ, ਉਹਨਾਂ ਦੇ ਨਾਲ ਮਰਨ ਵਾਲੇ ਦੇ ਨਾਲ ਕੰਟੈਕਟ ਵਗੈਰਾ ਹੈਗੇ ਆ, ਉਹ ਵੈਰੀਫਾਈ ਕਰ ਰਹੇ ਹੈਗੇ, ਜਨਰਲ ਵੈਰੀਫਿਕੇਸ਼ਨ।